ਪੰਜਾਬ ਦੇ ਵਿੱਚ ਕੈਦੀਆਂ ਵਿਚਾਲੇ ਝੜਪ, ਇੱਕ ਕੈਦੀ ਦੀ ਮੌਤ, ਤਿੰਨ ਜ਼ਖਮੀ, ਪੁਰਾਣੀ ਰੰਜਿਸ਼ ਨੂੰ ਲੈ ਕੇ ਦੋ ਗੁੱਟਾਂ ਦਾ ਝਗੜਾ ਹੋਇਆ ਸੀ। ਪੁਲਿਸ ਨੇ ਦੱਸਿਆ ਹੈ ਕਿ ਇੱਥੋਂ ਦੀ ਮਾਡਰਨ ਜੇਲ੍ਹ ਵਿੱਚ ਦੋ ਗੁੱਟਾਂ ਵਿਚਾਲੇ ਝੜਪ ਦੇ ਵਿੱਚ ਇੱਕ ਕੈਦੀ ਦੀ ਮੌਤ ਹੋ ਚੁੱਕੀ ਹੈ ਅਤੇ ਤਿੰਨ ਹੋਰ ਜ਼ਖਮੀ ਹੋਏ ਹਨ। ਉਹਨਾਂ ਦੱਸਿਆ ਹੈ ਕਿ ਮ੍ਰਿਤਕ ਦੀ ਪਛਾਣ ਸਿਮਰਨਜੀਤ ਸਿੰਘ ਦੇ ਵਜੋਂ ਹੋਈ ਹੈ। ਪੁਲਿਸ ਦੇ ਡਿਪਟੀ ਇੰਸਪੈਕਟਰ ਜਨਰਲ ਰਾਜਪਾਲ ਸਿੰਘ ਸੰਧੂ ਨੇ ਦੱਸਿਆ ਹੈ ਕਿ ਸਿੰਘ ਨੇ ਅੰਮ੍ਰਿਤਸਰ ਦੇ ਇੱਕ ਹਸਪਤਾਲ ਦੇ ਵਿੱਚ ਜ਼ਖਮਾਂ ਦੀ ਤਾਬ ਨਾ ਚੱਲਦਿਆਂ ਦਮ ਤੋੜ ਦਿੱਤਾ, ਜਦਕਿ ਤਿੰਨ ਜ਼ਖਮੀਆਂ ਨੂੰ ਸਥਾਨਕ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਅਤੇ ਉਹਨਾਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਸੰਧੂ ਨੇ ਦੱਸਿਆ ਹੈ ਕਿ ਦੋ ਧੜਾਂ ਦੇ ਵਿਚਕਾਰ ਪੁਰਾਣੀ ਦੁਸ਼ਮਣੀ ਨੂੰ ਲੈ ਕੇ ਝੜਪ ਹੋਈ ਹੈ। ਉਹਨਾਂ ਕਿਹਾ ਹੈ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ, ਜਿਸ ਦੌਰਾਨ ਜ਼ਖਮੀ ਕੈਦੀਆਂ ਨੇ ਸਥਾਨਕ ਸਿਵਲ ਹਸਪਤਾਲ ਦੇ ਵਿੱਚ ਪੱਤਰਕਾਰਾਂ ਨੂੰ ਦੱਸਿਆ ਹੈ ਕਿ ਉਹ ਸਵੇਰੇ ਆਪਣੀ ਬੈਰਕ ਦੇ ਵਿੱਚ ਸੁੱਤੇ ਪਏ ਸਨ। ਕੁਝ ਕੈਦੀਆਂ ਨੇ ਉਹਨਾਂ 'ਤੇ ਲੋਹੇ ਦੀਆਂ ਰੋਡਾਂ ਅਤੇ ਤੇਜ਼ ਧਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ, ਜਿਸ ਦੇ ਵਿੱਚ ਇੱਕ ਦੀ ਮੌਤ ਹੋ ਗਈ ਹੈ। ਚੱਕੀਆਂ ਸੁੱਤੇ ਪਏ ਨੂੰ ਪੈ ਗਏ ਜੀ, ਕੁਝ ਬੰਦੇ ਪਛਾਣ 'ਚ ਆਏ, ਕੁਝ ਜਣੇ ਪਛਾਤੇ ਬੰਦੇ 30-40-50 ਜਣੇ ਸੀ। ਉਹਨਾਂ ਵਿੱਚ ਸਾਜਣ ਸੀ, ਆਪਣਾ ਰਾਜਾ ਸੀ ਚੰਗੇਰੇ ਵਾਲਾ, ਅਤੇ ਰਾਜੂ ਅਣੂ ਦੋ ਭਰਾ ਜਿਹੜੇ ਵਿਜੇ ਯੋਧਾ ਮੋਨੂ ਢਪਈ ਅਤੇ ਕੁਝ ਹੋਰ ਬੰਦੇ ਜਣੇ ਪਛਾਤੇ ਪਏ ਹੁੰਦੇ ਆ ਸੀਗੇ ਆਏ ਪਈ 4-5 ਜਣੇ ਹੋ ਗਏ ਸਰ। ਪਤਾ ਨਹੀਂ ਲੱਗਾ ਸੁੱਤੇ ਪਏ ਨੂੰ ਆ ਕੇ ਪੈ ਗਏ ਜੀ, ਸੁੱਤੇ ਸੀ ਸਾਨੂੰ ਪਤਾ ਨਹੀਂ ਲੱਗਾ। ਤੁਸੀਂ ਸਾਰੇ ਚੱਕੀ 'ਚ? ਹਾਂਜੀ, ਚੱਕੀ ਸੁੱਤੇ ਸੀ, ਪਤਾ ਨਹੀਂ ਲੱਗਾ ਸੁੱਤੇ ਪਏ ਨੂੰ ਆ ਕੇ ਪੈ ਗਏ ਜੀ। ਹਾਂਜੀ, ਉਹਨਾਂ ਨਾਲ ਕੋਈ ਪੁਰਾਣੀ ਨਹੀਂ? ਆਪਣੀ ਨਹੀਂ, ਜਿਹੜੀ ਪੁਰਾਣੀ। ਹਾਂਜੀ, ਪੁਰਾਣੀ ਚੱਕੀ ਚੱਕਦਾ ਮੈਂ ਆ ਕੇ ਚੜੇ, ਸਾਡੇ ਸੁੱਤੇ ਪਏ ਨੂੰ ਆ ਕੇ ਪੈ ਗਏ। ਹਾਂਜੀ, ਸਾਰੇ ਜ਼ਖਮੀ ਹੈ ਵੀਰ, ਸਿੰਮਾ ਵੀਰ, ਸਾਰੇ ਜਿਹੜੇ ਅਮਨ ਵੀਰ, ਰਾਜਾ ਵੀਰ, ਸਾਰੇ ਅਸੀਂ ਪੁੱਜੀਆਂ ਲੱਗੀਆਂ ਨਾਲ ਮਾਰੀਆਂ ਮੇਰੇ। ਹਾਂਜੀ, ਨਹੀਂ ਜੀ, ਉਹ ਸੁੱਤੇ ਪਏ ਨੂੰ ਆ ਕੇ ਪੈ ਗਏ ਜੀ, ਪਤਾ ਨਹੀਂ ਲੱਗਾ ਸੁੱਤੇ ਹੀ। ਅੱਜ ਸਵੇਰੇ ਜੀ 4 ਪੇਸ਼ੈਂਟ ਉੱਥੋਂ ਆਪਣੇ ਸੈਂਟਰਲ ਜੇਲ੍ਹ ਤੋਂ ਆਏ ਹੈ, ਜਿਹੜੇ ਕਿ ਆਪ ਉੱਥੇ ਲੜਾਈ ਤੋਂ ਬਾਅਦ ਇੱਥੇ ਲਿਆਏ ਗਏ, ਔਰ ਉਹਨਾਂ 'ਚੋਂ ਇੱਕ ਕਾਫੀ ਸੀਰੀਅਸ ਸੀਗਾ, ਔਰ ਉਹਨੂੰ ਅਸੀਂ ਰੈਫਰ ਕਰਦਾ ਹੈਗਾ ਮੈਡੀਕਲ ਕਾਲਜ ਅੰਮ੍ਰਿਤਸਰ, ਔਰ ਇੱਕ ਦੇ ਹੋਰ ਹੈਡ ਇੰਜਰੀ ਹੈਗੀ ਹੈ, ਉਹਦਾ ਅਸੀਂ ਸਕੈਨ ਵਗੈਰਾ ਕਰਾ ਲਿਆ, ਬਾਕੀ 2 ਠੀਕ ਹੈ। ਸਰ ਕਿੰਨੇ ਕੁ ਵਜੇ? ਇਹ ਕੋਈ 8:15 ਵਜੇ ਦੀ ਗੱਲ ਹੈ ਜੀ। ਜਿਹਨੂੰ ਰੈਫਰ ਕੀਤਾ ਗਿਆ ਵਾ ਉਹ ਕਾਫੀ ਗੁੱਝੀ ਸੱਟਾ ਲੱਗੀ ਹੈ? ਹਾਂਜੀ, ਉਹਨੂੰ 60 ਸੀਗੀ, ਅਸੀਂ ਫਿਰ ਇਹਨੂੰ ਰੈਫਰ ਕੀਤਾ ਗਿਆ। ਹੋਰ ਨਵੀਆਂ ਖਬਰਾਂ ਦੇਖਣ ਦੇ ਲਈ ਸਬਸਕ੍ਰਾਈਬ ਕਰੋ PBX ਨਿਊਜ਼, ਦਾ ਅਫੀਸ਼ੀਅਲ ਯੂਟਿਊਬ ਚੈਨਲ।